ਇਕ ਵੱਡਾ ਬਦਲਾਅ ਚੋਣਾਂ ਤੋਂ ਪਹਿਲਾਂ ਔਰ ਖਾਸ ਕਰਕੇ ਕਾਂਗਰਸ ਦੇ ਵਿੱਚ ਵੇਖਣ ਨੂੰ ਮਿਲ ਰਿਹਾ ਜਿਨ੍ਹਾਂ ਨੂੰ ਟਿਕਟਾਂ ਨਹੀਂ ਮਿਲੀਆਂ ਉਹ ਬਾਗੀ ਹੋ ਗਏ ਕੁਝ ਆਜ਼ਾਦ ਬਣ ਗਏ ਉਮੀਦਵਾਰ ਤੇ ਕੁਝ ਜਿਹੜੇ ਨੇ ਦੂਜੀ ਪਾਰਟੀਆਂ ਦਾ ਹਿੱਸਾ ਬਣ ਗਏ ਇਸ ਬਗਾਵਤ ਦੇ ਅਸਲ ਮਾਇਨੇ ਕੀ ਹੈ ਜਿਹੜੀ ਪੜੀ ਅਜੋਇਨਿੰਗ ਹੋਈ ਹੈ ਕੰਡੀਸ਼ਨਲ ਜੁਆਇਨਿੰਗ ਹੈ ਜਾਂ ਅਨਕੰਡੀਸ਼ਨਲ ਮੈਂ ਕਾਂਗਰਸ ਪਾਰਟੀ ਨੂੰ ਅਲਵਜ਼ਾ کہہ ਚੁੱਕਿਆ ਹਾਂ ਪਰ ਰੋਣਾ ਹੁੰਦਾ ਹੈ ਕਿ ਜਿਹੜੀ ਕਾਂਗਰਸ ਦੀ ਸੇਵਾ ਮਹਾਤਮਾ ਗਾਂਧੀ ਜੋ ਹਾਲ ਨਹਿਰੂ ਸੁਭਾਸ਼ ਚంద్ర ਬੋਸ ਅਜੀਤ ਰਾਮ ਕੇਸਰੀ ਇੰਦਰਾ ਗਾਂਧੀ ਨੇ ਕੀਤੀ ਅੱਜ ਉਹ ਖੇਰੂ ਖੇਰੂ ਹੁੰਦੀ ਜਾ ਰਹੀ ਹੈ ਨੇ ਟਿਕ ਟਕ ਕਟੀਆਂ ਉਹ ਲੈ ਦੇ ਕੇ ਲੋਕ ਕਹਿੰਨੇ ਹਰੀ ਚੌਦੀ ਨੇ ਤੇ ਚੰਨੀ ਨੇ ਕਟੀਆਂ ਤੇ ਚੰਨੀ ਦਾ ਪ੍ਰਾਪਨ ਬਾਗੀ ਖੜਾ ਹੋ ਗਿਆ ਦੇਖੋ ਬੱਜੀ ਫਰੋਣਾ ਤੋਂ ਖਾਦੀ ਪਾਰਟੀ ਉਹ ਮੈਂ ਕਦੇ ਵੀ ਪਾਰਟੀ ਮਾਲਕ ਦੀ ਕੀਤੀ ਮੈਂ ਕਿਸੇ ਰਸੂਲਾਂ ਦੀ ਮੁੱਦਿਆਂ ਦੀ ਸਿਧਾਂਤਾਂ ਦੀ ਉਹ ਮੈਂ ਹੁਣ ਵੀ ਬਿਆਨ ਕਰਦੇ ਰਿਹਾ ਆਪਣੀ ਪਾਰਟੀ ਦਾ ਕੀ ਕਰਦਾ ਸੀ ਇਹ ਹੋਣਾ ਚਾਹੀਦਾ ਇਸ ਕਰਕੇ ਲੋਕਾਂ ਦੀ ਆਵਾਜ਼ ਦੇਖ ਕੇ ਕਿ ਪੰਜਾਬ ਚ ਆਮ ਆਦਮੀ ਪਾਰਟੀ ਸਰਕਾਰ ਬਣਨੀ ਯਕੀਨੀ ਹੈ ਤੇ ਉਹ ਆਪ ਸਰਸ ਹਸਦੀ ਪਾਰਟੀ ਬਣਵਾਣਾ ਪਿਆ ਮਜਬੂਰੀ ਕਰ ਪਰ ਮੈਂ ਸਮਝਦਾ ਗੁਰੂ ਮਹਾਰਾਜ ਦੀ ਕਿਰਪਾ ਨਾਲ ਅਸੀਂ ਜਿੱਤਾਂਗੇ ਪੰਜਾਬ ਚ ਸਰਕਾਰ ਬਣਾਈ ਆਮ ਆਦਮੀ ਚਲੋ ਹੁਣ ਆਮ ਆਦਮੀ ਪਾਰਟੀ ਦੇ ਵਿੱਚ ਜਿਹੜੀ ਤੁਹਾਡੀ ਅ ਜੁਆਇਨਿੰਗ ਹੋਈ ਹੈ ਕੰਡੀਸ਼ਨਲ ਜੁਆਇਨਿੰਗ ਹੈ ਜਾਂ ਅਨਕੰਡੀਸ਼ਨਲ ਕਾਲਜੀ ਦੈਨਿਕ ਸਵੇਰਾ ਟੀਵੀ ਦੇਖ ਰਹੇ ਹੋ ਤੁਸੀਂ ਮੈਂ ਹਾਂ ਵਿਨਿਤ ਕਪੂਰ ਅੱਜ ਅਸੀਂ ਤੁਹਾਨੂੰ ਆਪਣੇ ਸਪੈਸ਼ਲ ਪ੍ਰੋਗਰਾਮ ਆਗੇ ਨੇਤਾ ਜੀ ਦੇ ਵਿੱਚ ਇੱਕ ਇਹੋ ਜਿਹੇ ਲੀਡਰ ਦੇ ਨਾਲ ਤਾਰੂਫ ਕਰਵਾਉਣ ਜਾ ਰਹੇ ਹਾਂ ਜਿਹੜੇ ਕੁਝ ਸਮਾਂ ਪਹਿਲਾਂ ਤੱਕ ਕਾਂਗਰਸ ਦਾ ਹਿੱਸਾ ਹੁੰਦੇ ਸੀ ਕਾਂਗਰਸ ਦੇ ਵਿੱਚ ਰਹਿ ਕੇ ਤਿੰਨ ਵਾਰ ਚੋਣਾਂ ਜਿੱਤੀਆਂ ਕੈਬਨਟ ਵਜ਼ੀਰੀ ਹਾਸਲ ਕੀਤੀ ਲੇਕਿਨ ਹੁਣ ਕਾਂਗਰਸ ਦਾ ਹੱਥ ਛੱਡ ਕੇ ਝਾੜੂ ਦਾ ਦਾਮਨ ਇਹਨਾਂ ਨੇ ਥਾਮਿਆ ਸਿੱਧੇ ਤੌਰ ਤੇ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋ ਚੁੱਕੇ ਨੇ ਮੈਂ ਗੱਲ ਕਰ ਰਿਹਾ ਜਗਮਉਨ ਸਿੰਘ ਕੰਗਦੀ ਜਿਹੜੇ ਹਲਕਾ ਖਰੜ ਤੋਂ ਸੰਬੰਧ ਰੱਖਦੇ ਨੇ ਤਾਲੂਕ ਉਹਨਾਂ ਦਾ ਹਲਕਾ ਖਰੜ ਤੋਂ ਹੈ ਔਰ ਸਿੱਧੇ ਤੌਰ ਤੇ ਕਹਿ ਰਹੇ ਨੇ ਕਿ ਕਾਂਗਰਸ ਪਾਰਟੀ ਨੇ ਇਹਨਾਂ ਨੂੰ ਜਿਹੜੀ ਟਿਕਟ ਨਹੀਂ ਦਿੱਤੀ ਆਪਣੇ ਬੇਟੇ ਲਈ ਸਿੱਧੇ ਤੌਰ ਤੇ ਟਿਕਟ ਦੀ ਡਿਮਾਂਡ ਕਰ ਰਹੀ ਸੀ ਲੇਕਿਨ ਜਿਹੜੀ ਆ ਟਿਕਟ ਨਹੀਂ ਦਿੱਤੀ ਗਈ ਇਸ ਦੇ ਵਿੱਚ ਇਹ ਲੋਕਲ ਲੀਡਰਸ਼ਿਪ ਨੂੰ ਜ਼ਿੰਮੇਵਾਰ ਠਹਿਰਾਦੇ ਨਜ਼ਰ ਆ ਰਹੇ ਨੇ ਗੱਲ ਬਾਤ ਕਰਾਂਗੇ ਯਾ ਕਿਹੜਾ ਜਿਹੜਾ ਬਦਲਾਵ ਹੋਇਆ ਇਸ ਬਦਲਾਵ ਦੇ ਮਾਇਨੇ ਕੀ ਆ ਕੰਗਸਾਬ ਇੱਕ ਵੱਡਾ ਬਦਲਾਵ ਚੋਣਾਂ ਤੋਂ ਪਹਿਲਾਂ ਔਰ ਖਾਸ ਕਰਕੇ ਕਾਂਗਰਸ ਦੇ ਵਿੱਚ ਵੇਖਣ ਨੂੰ ਮਿਲ ਰਿਹਾ ਜਿਨ੍ਹਾਂ ਨੂੰ ਟਿਕਟਾਂ ਨਹੀਂ ਮਿਲੀਆਂ ਉਹ ਬਾਗੀ ਹੋ ਗਏ ਕੁਝ ਆਜ਼ਾਦ ਬਣ ਗਏ ਉਮੀਦਵਾਰ ਤੇ ਕੁਝ ਜਿਹੜੇ ਨੇ ਦੂਜੀ ਪਾਰਟੀਆਂ ਦਾ ਹਿੱਸਾ ਬਣ ਗਏ ਇਸ ਬਗਾਵਤ ਦੇ ਅਸਲ ਮਾਇਨੇ ਕੀ ਆ ਜੀ ਤੁਸੀਂ ਕਿਹਾ ਟਿਕਟਾਂ ਨਹੀਂ ਮਿਲੀਆਂ ਉਹ ਬਾਗੀ ਹੋ ਗਏ ਠੀਕ ਹੈ ਆਪਰਾ ਆਪਣਾ ਰੋਸ ਹੈ ਆਪਣਾ ਕਲੇਮ ਹੈ ਲੇਕਿਨ ਮੇਰਾ ਜੋ ਮਲਕਾ ਖੜਦਾ ਬੜਾ ਅਨੋਖਾ ਕੇਸ ਹੈ ਮੈਨੂੰ ਛੱਡ ਕੇ ਟਿਕਰ ਦਿੱਤੀ ਹੈ ਹਰੀਸ਼ ਚੌਧਰੀ ਚੰਨੀ ਦੀ ਸਾਜ਼ਿਸ਼ ਨਾਲ ਜੇ ਸ਼ਰਮਾ ਟਿੰਕੂ ਸ਼ਰਾਬ ਦਾ ਠੇਕੇਦਾਰ ਮੁੰਡੇ ਤੋਂ ਉਸ ਨੂੰ ਮੇਰੇ ਕੋਲ ਕੋ ਅੱਛਾ ਬੰਦਾ ਆਇਆ ਹੁੰਦਾ ਨਟਰਾਜ 인কোਸ਼ ਲਾਏ ਹੁੰਦੇ ਆਪਣਾ ਤਰਜਨ ਗੁਪਤਾ ਆਏ ਹੁੰਦੇ ਕੋਈ ਹੋਰ ਹੁੰਦਾ ਤਾਂ ਮੈਂ ਆਰਾਮ ਨਾਲ ਬੈਠ ਸਕਦਾ ਕੋਈ ਗੱਲ ਨਹੀਂ ਪਾਰਟੀ ਦਾ ਫੈਸਲਾ ਪਾਰਟੀ ਸੁਪਰੀਮ ਹੁੰਦੀ ਹੈ ਪਰ ਇਹ ਐਸੀ ਸੱਟ ਮਾਰੀ ਮੇਰੇ ਅਕਸ਼ ਨੂੰ ਮੇਰੇ ਪਛੋਕੜ ਨੂੰ ਮੇਰੀ ਕੁਰਬਾਨੀ ਨੂੰ ਉਹ ਹਦਾਰੇ ਨੂੰ ਜਿੱਥੋਂ ਮੇਰੇ ਦਿਲ ਰੋਇਆ ਮੇਰੀ ਆਤਮਾ ਰੋਈ ਤੇ ਮੇਰਾ ਸਰਾ ਇਲਾਕਾ ਰੋਇਆ ਮੈਨੂੰ ਇਲਾਕੇ ਨੇ ਮਜਬੂਰ ਕਰਤਾ ਵੀ ਕੰਗਸਾਹਬ ਅਸੀਂ ਇਸ ਪਾਰਟੀ ਨੇ ਰਹਿਣਾ ਹੁਣ ਦੀ ਬੱਚੇਖਾਨੀ ਪਾਰਟੀ ਹੈ ਕਿਉਂਕਿ ਮੈਂ ਕਾਂਗਰਸ ਪਾਰਟੀ ਨੂੰ ਹਮੇਸ਼ਾ ਆਪਣਾ ਮਾਂ ਕਿਹਾ ਹੁਣ ਬਹੁਤ ਕੁਝ ਦਿੱਤਾ ਪਾਰਟੀ ਨੇ ਪਰ ਜਿਹੜੀ ਮਾਂ ਆਪਣੇ ਬੱਚੇ ਦਾ ਕਤਲ ਕਰ ਦੇ ਉਹ ਮਾਂ ਕਹਾਂ ਦੇ ਕਾਬਲ ਨਹੀਂ ਹੁੰਦੀ। ਇਹ ਮੈਂ ਆਪਣੇ ਦੁਖੀ ਦਿਲ ਨਾਲ ਗੱਲ ਕਹਿ ਰਿਹਾ ਤੇ ਮੈਂ ਅਲਵਿਦਾ ਕਿਹਾ ਬੜੇ ਪਰੇਮਾਨ ਦੇ ਨਾਲ ਪਰ ਮਜਬੂਰੀ ਇਨਸਾਨ ਦੀ ਹੁੰਦੀ ਹੈ ਐ ਸਭ ਤੋਂ ਦੀ ਹੁੰਦੀ ਹੈ ਸੈਲਫ ਰਿਸਪੈਕਟ ਜੇ ਮੇਰੀ ਉਸ ਮੇਰੀ ਆਨ ਸ਼ਾਨ ਨੂੰ ਸੱਟ ਮਾਰੀ ਹੈ ਪਾਰਟੀ ਨੇ ਮੈਂ ਫਿਰ ਕੀ ਲੱਗਦਾ ਇਹਨਾਂ ਦਾ ਆਪ ਪਾਰਟੀ ਮੈਂ ਜੁਆਇਨ ਕੀਤੀ ਹੈ ਇਲਾਕੇ ਦੇ ਕਹਿੰਦੇ ਲੱਖ ਤੋਂ ਬਾਹਰ ਨਹੀਂ ਜਾ ਸਕਦਾ ਮੇਰੀ 3 ਲੱਖ ਦੇ ਕਰੀਬ ਵੋਟਰ ਹੈ ਸਾਡੇ ਇਲਾਕੇ ਦੀ ਔਨੇ 3 ਲੱਖ ਹਫਤਾ ਅਸਲਾ ਮਸ਼ਵਰਾ ਚੱਲਿਆ ਗੱਲ ਵੀ ਆਈ ਜੜ ਲੜੋ ਪਹਿਲਾਂ ਬਹੁਤ ਵਿਚਾਰ ਉਟਾਦਨੇ ਹੁੰਦੇ ਰਹੇ ਲੇਕਰ ਹਾਰ ਕੇ ਫੈਸਲਾ ਹੀ ਹੋਇਆ ਕਿ ਭਾਈ ਅਸੀਂ ਆਮ ਆਦਮੀ ਪਾਰਟੀ ਨੂੰ ਜਾਣਾ ਹੈ ਕੇਜਰੀਵਾਲ ਸਾਹਿਬ ਦੀ ਜੋ ਆਮ ਆਦਮੀ ਪਾਰਟੀ ਦੀ ਆਗੂ ਹੈ ਉਨੇ ਸ਼ਾਖ ਬੜੀ ਹਿੰਦੁਸਤਾਨ ਜੁਬਦ ਰਹੀ ਹੈ ਮਮਤਾ ਬੈਰ ਜਿਵੇਂ ਹੁੰਦੀ ਬਣਾਈ ਹੈ ਉਹ ਬਣਾ ਰਹੀ ਹੈ ਇਸ ਕਰਕੇ ਅਸੀਂ ਆਮ ਆਦਮੀ ਪਾਰਟੀ ਵੱਲ ਗਏ ਆ ਮੈਨੂੰ ਖੁਸ਼ੀ ਹੈ ਕਿ ਹੁਣ ਮੈਂ ਤਨ ਮਨ ਤਾਂ ਨਾਲ ਜੋ ਉਤਰ ਜੀ ਹੈ ਪਹਿਲਾਂ ਹੁਣ ਕਾ ਖੜੜ ਫਿਰ ਚਮਕੌਰ ਸਾਹਿਬ ਤੇ ਤੀਜਾ ਪਧੌੜ ਜੇ ਮੈਂ ਅਰਦਾਸ ਕਰਦਾ ਗੁਰਬਾਰਾ ਸਾਹਮਣੇ ਮਾਦਾਬੇਸ਼ੂ ਸਾਹਮਣੇ ਕਿ हे ਪ੍ਰਮਾਤਮਾ ਤੂੰ ਸਭ ਨੂੰ ਚਾਂਸ ਦਿੱਤਾ ਬਾਰ ਬਾਰ ਟਾਈਮ ਦਿੱਤਾ ਲੇਕਿਨ ਐਤ ਕੀ ਚਾਂਸ ਦੇ ਭਗਵਾਨ ਤੁਮਾਰ ਨੂੰ ਕਿ ਅਜੀਵਾਲ ਸਾਹਿਬ ਨੂੰ ਆਪ ਦੀ ਪਾਰਟੀ ਨੂੰ ਤਾਂ ਸਰਕਾਰ ਅਸੀਂ ਬਣੇ ਤੇ ਝਾੜੂ ਫੇਰੇ ਸਰਦਾ ਸਫਾਇਆ ਕਰੇ ਗੰਦੇ ਤੋਂ ਪੰਜਾਬ ਤੋਂ ਕੱਢੇ ਲੇਕਿਨ ਕੰਨ ਸਾਹਿਬ 4.5 ਸਾਲ ਤਕਰੀਬਨ ਪੌਣੇ 5 ਸਾਲ ਹੀ ਲਾ ਲਨੇ ਆ ਪੌਣੇ 5 ਸਾਲ ਜਿਸ ਪਾਰਟੀ ਦੀ ਖਿਲਾਫਤ ਕੀਤੀ ਹੋਏ ਜਿਸ ਦੇ ਐਮਐਲਏ ਨੂੰ ਲੈ ਕੇ ਸਵਾਲ ਖੜੇ ਕੀਤੇ ਹੁਣ ਕੀ ਐਮਐਲਏ ਕੰਮ ਨਹੀਂ ਕਰ ਰਿਹਾ ਹਲਕੇ ਦਾ ਵਿਕਾਸ ਨਹੀਂ ਹੋ ਰਿਹਾ ਅੱਜ ਉਸੇ ਪਾਰਟੀ ਦਾ ਨੁਮਾਇੰਦਾ ਬਣ ਕੇ ਲੋਕਾਂ ਦੇ ਵਿੱਚ ਵਿਚਾਰ ਪਾਓਗੇ ਲੇਕਿਨ ਮੈਂ ਕਦੇ ਵੀ ਪਾਰਟੀ ਮਾਲਕ ਨਹੀਂ ਕੀਤੀ ਮੈਂ ਕੀਤੀ ਰਸੂਲਾਂ ਦੀ ਮੁੱਦਿਆਂ ਦੀ ਸਿਧਾਂਤਾਂ ਦੀ ਉਹ ਮੈਂ ਹੁਣ ਵੀ ਇਹ ਕਹਿਦਾ ਰਹੇ ਆ ਆਪਣੀ ਪਾਰਟੀ ਦਾ ਕੀ ਕਰਦਾ ਸੀ ਇਹ ਹੋਣਾ ਚਾਹੀਦਾ ਇਸ ਕਰਕੇ ਲੋਕਾਂ ਦੀ ਆਵਾਜ਼ ਦੇਖ ਕੇ ਕਿ ਪੰਜਾਬ ਚ ਆਮ ਇਹ ਪਾਰਟੀ ਸਰਕਾਰ ਬਣਨੀ ਯਕੀਨੀ ਹੈ ਤੇ ਉਹ ਆਪ ਸੰਸਾਦ ਸੁਧੀ ਪਾਰਟੀ ਬਣਵਾਣਾ ਪਿਆ ਮਜਬੂਰੀ ਕਰ ਪਰ ਮੈਂ ਸਮਝਦਾ ਗੁਰੂ ਮਹਾਰਾਜ ਦੀ ਕਿਰਪਾ ਨਾਲ ਅਸੀਂ ਜਿੱਤਾਂਗੇ ਪੰਜਾਬ ਚ ਤੁਹਾਡੀ ਸਰਕਾਰ ਬਣੇਗੀ ਆਮ ਪਾਰਟੀ ਤੁਹਾਨੂੰ ਲੱਗਦਾ ਲੋਕਾਂ ਦੀ ਆਵਾਜ਼ ਹੈ ਜਾਂ ਫਿਰ ਰਾਜਨੀਤੀ ਦੇ ਵਿੱਚ ਬਣੇ ਰਹਿਣ ਦਾ ਇੱਕ ਜ਼ਰੀਆ ਦੇਖੋ ਮੈਂ ਸ਼ਾਇਦ ਪਹਿਲਾਂ ਕਹਿ ਚੁੱਕਿਆ ਕਿ 1947 ਤੋਂ ਲੈ ਕੇ ਇੱਥੇ ਕਦੇ ਵੀ 92 ਤੱਕ ਜਸਤੀ ਰਕਨਸ ਪਾਰਟੀ ਲੋਕ ਬੜੇ ਸਤਿਕਾਰਦੇ ਉਹਨੇ ਵੋਟ ਰਹੇ ਨੇ ਪਿਆਰੇ ਨੇ ਮੇਰੇ ਰਿਸਟਰਿੰਗ ਇੱਥੇ ਬਹੁਤ ਬੜੀਆਂ ਹੋਈਆਂ ਇਸ ਇਲਾਕੇ ਦੀ ਬੁਰਡੇ ਜੀ ਲੋਕਾਂ ਦੇ ਫੈਸਲੇ ਦਾ ਆਦਰ ਮਾਨ ਕਰਿਆ ਸਰੇ ਚੜਾਇਆ ਮੈਨੂੰ ਆਪਣੇ ਕੋਲੋਂ ਨਹੀਂ ਕੀਤਾ ਲੇਕਿਨ ਕਾਂਗਰਸ ਪਾਰਟੀ ਕਹਿੰਦੀ ਅਸੀਂ ਸਰਵੇ ਕਰਾਇਆ ਜਿਨ੍ਹਾਂ ਦੀ ਵਿਨੇਬਿਲਟੀ ਸਾਨੂੰ ਸਪਸ਼ਟ ਤੌਰ ਤੇ ਦੇਖੀ ਉਹਨਾਂ ਨੂੰ ਟਿਕਟ ਦੇ ਦਿੱਤੀ ਜਿਨ੍ਹਾਂ ਦੀ ਵਿਨੇਬਿਲਟੀ ਨਹੀਂ ਵਿਖੀ ਉਹਨਾਂ ਨੂੰ ਟਿਕਟ ਨਹੀਂ ਦਿੱਤੀ ਇਸ ਤਰ੍ਹਾਂ ਦੀ ਗੱਲ ਕਾਂਗਰਸ ਪਾਰਟੀ ਕਰਦੀ ਨਜ਼ਰ ਆਈ ਇਹ ਸਰਵੇ ਇੱਕ ਮਖੌਟਾ ਸੀ ਇਹ ਟਿਕਟਾਂ ਕਟੀਆਂ ਉਹ ਲੈ ਦੇ ਕੇ ਲੋਕ ਕਹਿੰਦੇ ਹਰੀ ਚੌਧਰੀ ਨੇ ਤੇ ਚੰਨੀ ਨੇ ਕਟੀਆਂ ਤੇ ਚੰਨੀ ਦਾ ਭਰਾ ਹੁਣ ਬਾਗੀ ਖੜਾ ਹੋ ਗਿਆ ਦੇਖੋ ਬੱਸੀ ਪੜਾਉਣਾ ਤੋਂ ਗਾਦੀ ਪਾਰਟੀ ਜਨੀ ਸ਼ੋਡਰ ਜੈਨ ਹਨ ਬਿਠਾਵੇ ਉਸਨੂੰ ਹੁਣ ਕੇਪੀ ਸਾਡੇ ਸਾਬਕਾ ਪ੍ਰਧਾਨ ਮਿੰਦਰ ਸਿੰਘ ਕੇਪੀ ਆਪਣਾ ਸ਼ਹੀਦ ਪਰਿਵਾਰ ਦੇ ਬੇਟੇ ਉਹਨੂੰ ਟਿਕਣ ਨਹੀਂ ਦਿੱਤੀ ਕਿ ਦੱਸ ਬਹੁਤ ਸਾਰੇ ਐਸੇ ਨਾਮ ਐ ਮੈਂ ਗਿਣਾ ਸਕਦਾ ਹੁਣ ਸਾਡਾ ਮਿੱਤਰ ਮਿਰਾਇਨ ਉਸਟੀ ਰਹਾ ਅਸ਼ਨੀ ਸੇਖੜੀ ਕਿੰਨਾ ਜ਼ਲੀਲ ਕੀਤਾ ਉਸਨੂੰ ਉਹ ਜੀ ਕਿਸੀ ਕਰਾਤੀ ਇਹ ਲੱਗੇ ਰਹੇ ਹੋਪ ਚੜਾ ਚਲੋ ਠੀਕ ਹੈ ਅਲਟੀਮੇਟਲੀ ਉਹਦੀ ਗੱਲ ਬਣ ਗਈ ਹੈ ਪਰ ਮਤਲਬ ਫਾਇਦਾ ਕੀ ਹੈ ਦੋ ਦਿਨਾਂ ਮਿੰਗਣਾ ਪਾ ਕੇ ਉਹਦਾ ਫਾਇਦਾ ਗੱਲ ਦਾ ਕੀ ਹੋਇਆ ਇਸ ਕਰਕੇ ਸਾਰਾ ਅੱਜ ਪੰਜਾਬ ਕੌਂਸਲ ਉਥਲ-ਪੁਥਲ ਹੋ ਗਈ ਹੈ ਪਰ ਮੈਨੂੰ ਲੱਗਦਾ ਛੇਤੀ ਇਹਦੀ ਅਰਥੀ ਚੱਕੀ ਜਾਣੀ ਹੈ ਜੋ ਲੋਕ ਸਾਡੇ ਟੁੱਟ ਰਹੇ ਹਨ আর ਮੈਂ ਸਮਝਦਾ ਜਿਹੜੇ ਸੁਨੀਲ ਵਰਗੇ ਡਾਕਟਰ ਵਰਗੇ ਤੇ ਨਵਜੋਤ ਸਿੰਘ ਵਰਗੇ ਬੰਦਿਆਂ ਨੂੰ ਅਗਰ ਹੋਰ ਕਰਨਗੇ ਪਾਰਟੀ ਉਹਦਾ ਪਤਨ ਜ਼ਰੂਰੀ ਹੈ ਛੇਤੀ ਆ ਜਾਏਗਾ ਲੇਕਿਨ ਉਹ ਕਹਿੰਦੇ ਨੇ ਅਸੀਂ ਤੇ ਸੱਤਾ ਦੇ ਵਿੱਚ ਵਾਪਸੀ ਕਰ ਰਹੇ ਹਾਂ ਸਾਨੂੰ ਤੇ ਪਹਿਲਾਂ ਤੋਂ ਵੀ ਜ਼ਿਆਦਾ ਬਹੁਮਤ ਮਿਲੇਗਾ ਉਹ ਕਹਿੰਦੇ ਕੈਪਟਨ ਅਮਰਿੰਦਰ ਸਿੰਘ ਨੇ 4.5 ਸਾਲ ਦੇ ਵਿੱਚ ਕੰਮ ਨਹੀਂ ਕੀਤੇ ਸੀ ਇਸ ਕਰਕੇ ਪਾਰਟੀ ਨੂੰ ਡੈਮੇਜ ਹੋ ਰਿਹਾ ਸੀ ਹੁਣ ਪਾਰਟੀ ਮਜ਼ਬੂਤ ਹੋ ਗਈ ਕਿਉਂਕਿ 3 ਮਹੀਨੇ ਦੇ ਵਿੱਚ ਚੰਨੀ ਸਾਹਿਬ ਨੇ ਬਹੁਤ ਸਾਰੇ ਕੰਮ ਕੀਤੇ ਨੇ ਔਰ ਲੋਕਾਂ ਦੀ ਉਮੀਦਾਂ ਤੇ ਖਰੇ ਉਤਰੇ ਨੇ। ਬੀਗੋ ਮੇਰੀ ਘਟਿਆ ਸੋਚ ਨਹੀਂ ਹੈ। ਕੈਪਟਨ ਸਾਹਿਬ ਸਾਫ ਦਾ ਮੁੱਖ ਮੰਤਰੀ ਬਣ ਗਏ। ਮੈਂ 5 ਸਾਲ ਨੂੰ ਨਾ ਰਿਹਾ 2 ਤੋਂ ਲੈ ਕੇ 7 ਤੱਕ ਬਹੁਤ ਟੈਲੀਜੈਂਟ ਹੈ। ਕੁਝ ਕਮੀਆਂ ਪੇਸ਼ਾਰ ਇਨਸਾਨ ਚ ਹੁੰਦੀਆਂ। ਦੂਦਰਸ਼ੀ ਨੇ ਬੜੀ ਸੇਵਾ ਕੀਤੀ ਹੈ ਪੰਜਾਬ ਨੂੰ ਕਾਂਗਰਸ ਮਜ਼ਬੂਤ ਕੀਤੀ ਹੈ ਬਾਕੀ ਜੋ ਗੱਲਾਂ ਗੱਲਾਂ ਸਾਹਮਣੇ ਆਈਆਂ ਨਰਾਜ਼ ਐਮਐਲਏ ਹੋਏ ਤਾਂ ਹੀ ਅੱਜ ਉਹਨਾਂ ਨੂੰ ਸਾਰਾ ਪੁਖਤਨਾ ਪਿਆ ਮੰਤਭਾਗਾ ਜੋ ਹੋਇਆ ਲੇਕਿਨ ਮੈਂ ਨਹੀਂ ਕਹਿਣਾ ਚਾਹੁੰਦਾ ਕੈਪਟਨ ਸਾਹਿਬ ਦੇ ਪੌਣੇ ਪੰਜ ਸਾਲ ਦੇ ਵਿੱਚ ਬਹੁਤ ਜ਼ਿਆਦਾ ਕੰਮ ਅਸੀਂ ਕਰਾਇਆ ਇਲਾਕੇ ਵਿੱਚ ਬਹੁਤ ਕੰਮ ਕਰਾਇਆ ਉਹਨਾਂ ਦੇ ਆਸ਼ੀਰਵਾਦ ਨਾਲ ਤੇ ਚੰਨੀ ਦਾ ਇੱਕ ਡਰਾਮਾ ਕਰਦਾ ਹੈ 24 ਘੰਟੇ ਹੈਲੀਕਾਪਟਰ ਛੜੇ ਰਹਿੰਦਾ ਹੈ ਕਿ ਉੱਥੇ ਜਾ ਕੇ ਉੱਥੇ ਜਾ ਬੈਠ ਕੇ ਰੋਟੀ ਲੰਗਰ ਚ ਖਾ ਲਿਆ ਹੋਰ ਖਾਣਾ ਇਹ ਬੜਾ ਵੱਡਾ ਡਰਾਮੇबाज ਹੈ ਇੱਕ ਉਹਨੂੰ ਟੀਚਰ ਮਿਲ ਗਏ ਸੀ ਇਹਦੇ ਸਾਡੇ ਇਲਾਕੇ ਦੇ ਉਹ ਕਾਂਗਰਸਾ ਚੰਨੀ ਤੋਂ ਬਚ ਕੇ ਰਿਹਾ ਮੈਂ ਕੀ ਗੱਲ ਜੀ ਕਿ ਮੇਰਾ ਵਿਦਿਆਰਥੀ ਸੁਣ ਰਿਹਾ ਹੈ ਜਿੰਨਾ ਤੁਸੀਂ ਉਹਨੇ ਜਮੀਨ ਦੇ ਥੱਲੇ ਹੈ ਇਹਦੇ ਬਾਰੇ ਪਬਲਿਕ ਪਰਸਪੈਕਸ਼ਨ ਬਣ ਚੁੱਕਿਆ ਕਿ ਬੜਾ ਕਟਿਆ ਇਨਸਾਨ ਮੌਕਾ ਪ੍ਰਸਤਾਦ ਜੀ ਖੜਾ ਕਿੱਥੇ ਵੇਖਦੇ ਹੋ ਕਾਂਗਰਸ ਨੂੰ ਤੁਸੀਂ ਸੂਬੇ ਦੇ ਵਿੱਚ ਕਾਂਗਰਸ ਕਿੱਥੇ ਖੜੀ ਹੈ ਮੈਂ ਕਾਂਗਸ ਪਾਰਟੀ ਨੂੰ ਅਲਵਦਾ ਕਹਿ ਚੁੱਕੇ ਹਾਂ ਪਰ ਰੋਣਾ ਆਉਂਦਾ ਹੈ ਕਿ ਜਿਹੜੀ ਕਾਂਗਸ ਦੀ ਸੇਵਾ ਮਹਾਤਮਾ ਗਾਂਧੀ ਜਵਾਹਰ ਲਾਲ ਨਹਿਰੂ ਸੁਭਾਸ਼ ਚంద్ర ਬੋਸ ਚੇਦਰਾਮ ਕੇਸਰੀ ਇੰਦਰਾ ਗਾਂਧੀ ਨੇ ਕੀਤੀ ਅੱਜ ਜੋ ਖੇਰੂ ਖੇਰੂ ਹੁੰਦੀ ਜਾ ਰਹੀ ਹੈ ਕੋਈ ਉਹਦਾ ਲੱਗਦਾ ਨਹੀਂ ਮਨੂੰ ਭਵੇਖ ਔਰ ਜਿਹੜਾ ਬੂਟਾ ਮਾਲੀ ਨੇ ਸੰਜਾਇਆ ਹੋਵੇ ਲਾਇਆ ਹੋਵੇ ਬਰਬਾਦ ਹੋਵੇ ਦੁੱਖ ਲੱਗਦਾ ਹੈ ਪਰ ਚਲੋ ਮੈਂ ਹੁਣ ਅਲਵਦਾ ਕਹਿ ਬੈਠੇ ਹਾਂ ਮੈਂ ਜੋ ਸੱਚ ਉਹ ਸੱਚ ਕਹਿਣਾ ਚੂੜੂ ਚੂੜ ਕਹਿਣਾ ਹੈ ਲੇਕਿਨ ਕੰਨ ਸਾਹਿਬ ਤੁਹਾਨੂੰ ਨਹੀਂ ਲੱਗਦਾ ਆ ਸੱਚ ਬੜੀ ਦੇਰ ਬਾਅਦ ਨਿਕਲ ਕੇ ਸਾਹਮਣੇ ਆਇਆ ਪੌਣੇ 5 ਸਾਲਾਂ ਸੱਚ ਬਾਹਰ ਨਹੀਂ ਨਿਕਲ ਕੇ ਆਇਆ ਹੁਣ ਅਖੀਰਲੇ ਟਾਈਮ ਦੇ ਵਿੱਚ ਜਦੋਂ ਪਾਰਟੀ ਨੇ ਟਿਕਟ ਨਹੀਂ ਦਿੱਤੀ ਤਾਂ ਆ ਸੱਚ ਕਿਉਂ ਬਾਹਰ ਨਿਕਲ ਕੇ ਆ ਰਿਹਾ ਕਿ ਟਿਕਟ ਦੀ ਲਾਲਸਾ ਸੀ ਉਹ ਟਿਕਟ ਦੀ ਲਾਲਸਾ ਪੂਰੀ ਨਹੀਂ ਹੋਈ ਇਸ ਕਰਕੇ ਤੁਸੀਂ ਬਗਾਵਤ ਕਰਨਾ ਜ਼ਿਆਦਾ ਬਿਹਤਰ ਸਮਝਿਆ ਤੁਸੀਂ ਗਲਤ ਕਹਿ ਰਹੇ ਹੋ ਪੌਣੇ 5 ਸਾਲ ਨਹੀਂ 47 ਸਾਲ 47 ਸਾਲ ਆਪੇ ਗੁਣਾਂ ਤਕਸੀਮ ਕਰ ਲਿਓ 1974 74 ਚ ਮੈਂ ਪ੍ਰਧਾਨ ਸੀ ਪੰਜਾਬ ਸਟੂਡੈਂਟ ਕੌਂਸਲ ਦਾ ਚੁਣਿਆ ਹੋਇਆ ਇਲੈਕਟਿਡ ਪ੍ਰੈਜ਼ੀਡੈਂਟ ਗਿਆਨੀ ਜੈਲ ਸਿੰਘ ਨੂੰ 37 ਸਾਲ ਹੋ ਗਏ ਜੇ 30 ਸਾਲ ਲੱਗੇ ਸੇਵਾ ਮੁਰਿੰਡਾ ਕਰਨਾ 30 ਸਾਲ ਦੀ ਤਬਰਸੀਆ ਸੇਵਾ ਮੈਂ ਮੂਹ ਨਹੀਂ ਖੋਲਿਆ ਬੋਲਿਆ ਨਹੀਂ ਅਨੁਸ਼ਾਸਨ ਵਿੱਚ ਰਹਿ ਕੇ ਪਰ ਅਸੀਂ ਗੁਰਗੁਬਿੰਦ ਸਿੰਘ ਮਹਾਰਾਜ ਦੇ ਸੰਤਾਨਾਂ ਚੇਲਿਆਂ ਉਪਾਸ਼ਕਾਂ ਉਹਨਾਂ ਨੇ ਕਿਹਾ ਜਬੀ ਬਾਨ ਲਾਗੇ ਤਵੀ ਰੋਸ਼ ਜਾਗੇ ਬਹੁਤ ਕਮੀਆਂ ਪੇਸ਼ੀਆਂ ਹੁੰਦੀਆਂ ਅਸੀਂ ਬੜਾ ਗੱਲ ਕਰ ਰਹੇ ਸੀ ਕਿ ਜਦੋਂ ਖੜਾ ਪਰ ਗਿਆ ਜ਼ੁਲਮ ਦਾ ਤੇ ਮੈਨੂੰ ਜ਼ੁਬਾਨ ਖੋਲਣੀ ਪਈ ਹੈ ਜੋ ਮੇਰੀ ਲੋਕਾਂ ਨੂੰ ਦੁੱਖ ਹੋਇਆ ਮੈਨੂੰ ਉਹਦਾ ਬਿਆਨ ਕਰਨਾ ਪਿਆ ਲੇਕਿਨ ਗਣ ਸਾਹਿਬ ਤੁਹਾਨੂੰ ਨਹੀਂ ਲੱਗਦਾ ਕਿ ਕਹਿੰਦੇ ਜ਼ੁਲਮ ਕਰਨ ਵਾਲੇ ਤੋਂ ਜ਼ਿਆਦਾ ਗੁਨਾਹਗਾਰ ਹੁੰਦਾ ਹੈ ਜ਼ੁਰਮ ਸਹਿਣ ਵਾਲਾ ਜਾਂ ਫਿਰ ਉਸ ਜ਼ੁਲਮ ਦਾ ਸਾਥ ਦੇਣ ਵਾਲਾ ਤੁਸੀਂ ਉੱਥੇ ਆਪਣੇ ਆਪ ਨੂੰ ਖੜਾ ਵੇਖਦੇ ਹੋ ਬਹੁਤ ਅੱਛਾ ਬਹੁਤ ਅੱਛਾ ਮੈਂ ਜੇ ਜ਼ੁਲਮ ਸਹਿਣਾ ਹੁੰਦਾ ਫਿਰ ਨਾ ਬੋਲਦਾ ਕਿਉਂ ਇਹ ਤਾਂ ਅਖੀਰਲੇ ਟਾਈਮ 'ਚ ਆਇਆ ਨਾ ਜੀ ਓਹੋ ਉਹ ਸਾਸਨ ਵੀ ਚੀਜ਼ ਹੈ ਨਾ ਕੋਈ ਪਾਰਟੀ ਦੀ ਘਰ ਚ ਪੈਨਪਲ ਲੜ ਪੈਨੇ ਅੰਦਰ ਵਕਸਮਝਾਤਾ ਹੋ ਜਾਂਦਾ ਮੈਂ ਉਹ ਸਾਸਨ ਦਾ ਆਦਮੀ ਆ ਮੈਂ ਬੈਸਟ ਕਰਤੀ ਐ ਜੀ ਜੀ ਦਾ ਗੱਲ ਸੁਣ ਲੋ 1969 ਚ ਮੈਂ ਹਰਿਆਣਾ ਪੰਜਾਬ ਹਿਮਾਚਲ ਤੋਂ ਨੁਮਾਇੰਦਗੀ ਕੀਤੀ ਐ ਐਨਸੀ ਪਾਰਲੀਮੈਂਟ ਵਿੱਚ ਰਿਪਬਲਿਕ ਡਿਪਰੇਟ ਵਿੱਚ ਮੈਂ ਉਸਾਰੂ ਸੋਚ ਆ ਮੇਰੀ ਰਹੀ ਐ ਮੈਂ ਪਿੰਡ ਦਾ ਸਰਪੰਚ ਨੇ ਸ਼ੀਰਗੜ ਦਾ ਪੰਚ ਨੇ ਐ ਪ੍ਰਧਾਨ ਨੇ ਐ ਮੈਂਬਰ ਸੈਂਟ ਸਿੰਡିକਟ ਨੇ ਐ ਅਰ ਤੁਸੀਂ ਹਰਾਸ਼ ਹੋਗੇ ਤੁਹਾਨੂੰ ਪਤਾ ਨਹੀਂ ਇਸ ਗੱਲ ਦਾ 1970 ਦੇ ਵਿੱਚ ਮੈਂ ਮੋਟਰਸਾਈਕਲ ਤੇ ਇੰਗਲੈਂਡ ਗਿਆ 1970 ਦੇ ਵਿੱਚ ਮੈਂ ਰਾਇਲ ਫਿਲਮ ਮੋਟਰਸਾਈਕਲ ਤੇ ਇੰਗਲੈਂਡ ਗਿਆ ਸਾਰਾ ਟੂਰ ਕੀਤਾ 6 ਮਹੀਨੇ ਚ ਮੇਰੀ ਉਸਾਰੂ ਸੋਚ ਹੈ ਕੰਸਟਰਕਟਿਵ ਅਪਰੋਚ ਹੈ ਐਡਵੈਂਚਰਸ ਮੇਰੀ ਲਾਈਫ ਰਹੀ ਹੈ ਮੈਂ ਬਣਾਣਾ ਹੁੰਦਾ ਉਹਨਾਂ ਅੱਗੇ ਵਧਿਆ ਹੁਣ ਵੀ ਵਧਣਾ ਅਣਖਣਾ ਸਭ ਤੋਂ ਪ੍ਰਾਨਖ ਖਿਡਾਰੀ ਹੋਣਾ ਚਾਹੀਦਾ ਚਲੋ ਚਲੋ ਹੁਣ ਆਮ ਆਦਮੀ ਪਾਰਟੀ ਦੇ ਵਿੱਚ ਜਿਹੜੀ ਤੁਹਾਡੀ ਅ ਜੁਆਇਨਿੰਗ ਹੋਈ ਹੈ ਕੰਡੀਸ਼ਨਲ ਜੁਆਇਨਿੰਗ ਹੈ ਜਾਂ ਅਨਕੰਡੀਸ਼ਨਲ ਹੈ ਦੇਖੋ ਕੰਡੀਸ਼ਨਲ ਦਾ ਮਤਲਬ ਕੀ ਹੁੰਦਾ ਹੈ ਸਮਝਾਓ ਮੈਨੂੰ ਕੋਇਗਦੇਸ਼ਰੀ ਕੋਨੂ ਪੋਛਾ ਮੈਂ ਕੋਇਗਦੇਸ਼ਰੀ ਮੈਂ ਥੋੜਾ ਜੁੜਿਆ ਆ ਕੇ ਤੇ ਤੁਹਾਡੇ ਕਿਰਦਾਰ ਦੇਖ ਕੇ ਦਿੱਲੀ ਸਰਕਾਰ ਬਾਰੇ ਬਣੀਏ ਕੇਰੀਵਾਲ ਸਾਹਿਬ ਦਾ ਅਕਸ ਦੇ ਕੇ ਜੁੜੇ ਇਸ ਕਰਕੇ ਕੋਈ ਕੰਡੀਸ਼ਨ ਨਹੀਂ ਹੋਈ ਲੋਕ ਸਭਾ ਦੇ ਵਿੱਚ ਚੋਣ ਲੜਨ ਦੀ ਗੱਲ ਹੋਈ ਰਾਜ ਸਭਾ ਦੇ ਵਿੱਚ ਭੇਜਣ ਦੀ ਗੱਲ ਕੀਤੀ ਨਹੀਂ ਸੀ ਗੱਲ ਕੀਤੀ ਨਹੀਂ ਕੋਈ ਹੋਣੀ ਕੀ ਸੀ ਕੋਈ ਗੱਲ ਨਹੀਂ ਹੋਈ ਉਹ ਗੱਲਾਂ ਹੋ ਰਹੀਆਂ ਨੇ ਪਹਿਲਾਂ ਇੰਡੀਪੈਂਡੈਂਟ ਚੋਣ ਲੜਨ ਦੀ ਗੱਲ ਕੀਤੀ ਹੁਣ ਤੁਸੀਂ ਸਮਰਥਨ ਕਰ ਰਹੇ ਹੋ ਆਪ ਦਾ ਸੁਣੇ ਕੋ ਗੱਲ ਸੁਣੋ ਮੈਂ ਤੁਹਾਨੂੰ ਪਹਿਲਾਂ ਕਿਹਾ ਵੀ ਇੱਕ ਹਫ਼ਤੇ ਚ ਬੜੇ ਉਤਰਾਅ ਚੜ੍ਹਾਅ ਆਏ ਕੋਈ ਕੁਛ ਕੰਦਾ ਕੋਈ ਕੁਛ ਕੰਦਾ ਲੇ ਹਾਰ ਕੇ ਲੋਕਾਂ ਨੇ ਇਲਾਕੇ ਦੀ ਨਮਜ ਦੇਖ ਕੇ ਸਭ ਨੇ ਕਿਹਾ ਕੰਗਸਾ ਪੈਦਲ ਚੱਲਣਾ ਚੱਲ ਪੰਨੇ ਭਾਈ ਚਲੋ ਇਲਾਕੇ ਦੀ ਨਮਜ ਵੇਖ ਕੇ ਸਿੱਧੇ ਤੌਰ ਤੇ ਮੈਂ ਆਮ ਆਦਮੀ ਪਾਰਟੀ ਨੂੰ ਸਮਰਥਨ ਕਰਨ ਲਈ ਤਿਆਰ ਹੋਇਆ ਵੇਖਣ ਵਾਲੀ ਗੱਲ ਰਹੇਗੀ ਕੀ ਨਾ ਦਾ ਆ ਕਦਮ ਜਿਹੜਾ ਆਨ ਵਾਲੇ ਦਿਨਾਂ ਦੇ ਵਿੱਚ ਖਰੜ ਹਲਕੇ ਦੀ ਸਿਆਸਤ ਦੇ ਵਿੱਚ ਕੀ ਨਵੇਂ ਕਰਮ ਵਖਾਂਦਾ ਹੋਇਆ ਨਜ਼ਰ ਆਏਗਾ ਕਿ ਕੁਝ ਨਵਾਂ ਐਥੋਦੀ ਸਿਆਸਤ ਦੇ ਵਿੱਚ ਆਉਣ ਵਾਲੇ ਦਿਨਾਂ ਦੇ ਵਿੱਚ ਵੇਖਣ ਨੂੰ ਮਿਲੇਗਾ ਕੈਮਰਾਮੈਨ ਆਨੰਦ ਦੇ ਨਾਲ ਵਿਨਿਤ ਕਪੂਰ ਡੈਨਿਕ ਸਵੇਰਾ ਟੀਵੀ ਖਰੜ